السلام علیکم سنے سجنو وسیب رنگ احترام رمضان گھن تے عارف ملگانی وسیب رنگ احترام رمضان دی پوری ٹولی طرفوں دیس پردیس بیٹھے ہوئے سبے سجنے کو ان سنے مٹھڑے من بھاونے پروگرام وچ آکھے ست بسم اللہ سجن پیارے آن دے ٹھارے میٹھے من ٹھار دل بہار پروگرام دا موٹے بدھیج گئے اور اساں تاری خدمت جتھاں حاضر تھی گئے ہیں میں ویلا بالکل نہ کھنے سا تاری تانگ مکے سا اج دی محفل دے ਮਿਜ਼ਮਾਨੇ ਦੀ ਸੁਣਾਉਣ ਵਾਲੇ ਪਾਸੇ ਅਸਾਂ ਤੁਹਾਡੀ ਭਰਪੂਰ ਫਰਮਾਇਸ਼ ਦੇ ਉੱਤੇ ਇੱਕ ਵਾਰੀ ਵੱਲ ਅੱਜ ਅਸਾਂ ਦਾਵਤ ਦਿੱਤੀ ਹੈ ਮੁਲਤਾਨ ਦੀ ਧਰਤੀ ਦੇ ਮਹਾਨ ਸਨਾਖਾਨ ਮੁਸਤਫਾ ਪਹਿਲੇ ਨੰਬਰ 'ਤੇ ਸਾਨੂੰ ਵਾਲੀ ਥਾਂ ਮੌਜੂਦ ਹਨ ਸੁਣੇ ਸੱਜਣ ਜ਼ਹਿਦ ਹੁਸੈਨ ਸਿੰਘ ਕੋ ਅੱਜ ਦੀ ਸੋਹਣੀ ਮਹਿਫਿਲ ਦੇ ਵਿੱਚ ਮੈਂ ਤੁਹਾਡੀ ਤਰਫੋਂ ਆਪਣੀ ਤਰਫੋਂ ਔਰ ਵਸੇਬ ਰੰਗ ਇਹਤਰਾਮ ਰਮਜ਼ਾਨ ਦੀ ਪੂਰੀ ਟੋਲੀ ਤਰਫੋਂ ਸਤਿ ਬਿਸਮਿਲ ਆਖਸਾਂ ਅਸਲਾਮ ਅਲੈਕੁਮ ਸਿੰਘ ਕਿਆ ਹਾਲ ਹੈ ਠੀਕ ਠਾਕ ਹੀ ਅਸੀਂ ਅਸੀਂ ਤੁਹਾਡੀ ਮਹਿਫਿਲ ਸੁਣੀ ਆ ਸੇ ਵਲਾ ਦੋਸਤਾਂ ਦੀ ਫਰਮਾਇਸ਼ ਦੇ ਉੱਤੇ ਵੱਲ ਤੁਹਾਨੂੰ ਇੱਕ ਵਾਰੀ ਦਾਵਤ ਦਿੱਤੀ ਸੀ ਅਸੀਂ ਮੁਹੱਬਤਾਂ ਤੁਹਾਜਾ ਵਸਦੇ ਰਹੋ ਸੀ ਔਰ ਸੱਜਣੋ ਅੱਜ ਦੀ ਮਹਿਫਿਲ ਦੇ ਸਾਡੇ ਦੂਜੇ ਮਿਜ਼ਮਾਨ ਅਲ ਮਾਰੂਫ ਮਿੱਠੀ ਜੋੜੀ ਵਾਹ ਵਾਹ ਮਿੱਠੀ ਜੋੜੀ ਦਾ ਜਿੱਥਾਂ ਨਾਂ ਦੇ ਉੱਥਾਂ ਕਿਸ ਸੁਝਾਉਣ ਦੇ ਮੁਤਾਜ ਇਹ ਸੱਜਣ ਨੇ ਕਿਉਂਕਿ ਇਹ ਜੋਟੀ ਵਾਲ ਹਨ ਇਹ ਸੰਗਤੀ ਹਨ ਔਰ ਮੈਂ ਮੇਰੀ ਦਿੱਲੀ ਖਾਹਿਸ਼ ਹੁੰਦੀ ਹੈ ਕਿ ਇਤਨਾ ਲੰਬਾ ਪ੍ਰੋਗਰਾਮ ਹੋਵੇ ਜਿਹਦੇ ਵਿੱਚ ਮੈਂ ਇਹਨਾਂ ਦੀ ਮੁਕੰਮਲ ਇੰਟਰਵਿਊ ਕਰਾਂ ਕਿਉਂਕਿ ਇਹਨਾਂ ਦਾ ਕਲਾਮ ਸੁਣਦੇ ਵਿੱਚ ਚਸ ਆਉਂਦੀ ਹੈ ਜੇਕਰ ਇੰਟਰਵਿਊ ਕਰਦੇ ਹੈ ਹਾਲ ਵੀਲਾ ਕਰਦੇ ਹੈ ਇਹਨਾਂ ਦੀ ਸੰਗਤ ਦੇ ਹਵਾਲੇ ਨਾਲ ਗੱਲ ਚੱਲਦੀ ਹੈ ਇਹਨਾਂ ਦੀ ਜੁੜਤ ਦੇ ਹਵਾਲੇ ਦੇ ਨਾਲ ਗੱਲ ਚੱਲਦੀ ਹੈ ਅਤੇ ਯਕੀਨ ਕਰੋ ਬਹੁਤ ਬੜਾ ਮੈਸੇਜ ਵੇਂਦੇ ਅਜੋਕੇ ਕੁਰਸੇ ਦੌਰ ਦੇ ਵਿੱਚ ਆਪ ਤੜਾਪੀ ਦੇ ਦੌਰ ਦੇ ਵਿੱਚ ਕਿ ਅੱਜ ਦੇ ਦੌਰ ਦੇ ਵਿੱਚ ਵੀ ਇਨਸਾਨ ਮੌਜੂਦ ਹਨ ਜਿਹੜੇ ਮੁਕੰਮਲ ਇਨਸਾਨ ਹਨ ਮਤਲਬ ਜਿਹੜੇ ਇਨਸਾਨੀਅਤ ਦੀ ਪਾਸਦਾਰੀ ਕਰਨ ਜਾਣਦੇ ਹਨ ਜਿਹੜੇ ਇਨਸਾਨੀਅਤ ਦੇ ਵਿੱਚ ਢਲੇ ਹੋਏ ਲੋਕ ਅੱਜ ਵੀ ਮੌਜੂਦ ਹਨ ਜਿਹਦੀ ਵਜ੍ਹਾ ਕਰਕੇ ਇਹ ਦੁਨੀਆ ਚੱਲਦੀ ਪਈ ਹੈ ਔਰ ਮੇਰੇ ਕੋ ਯਾਦ ਹੈ ਕਿਉਂਕਿ ਮਿੱਠੀ ਜੋੜੀ ਦੇ ਨਾਲ ਸਾਡਾ ਇੱਕ ਮੁਹੱਬਤ ਦਾ ਮਿਠਾਸ ਦਾ ਜਿਹੜਾ ਇੱਕ ਰਿਸ਼ਤਾ ਹੈ ਉਹ ਕਾਫੀ ਅਰਸੇ ਕੋਲੋਂ ਜਦੋਂ ਦੇ ਅਸਾਂ ਟੀ ਵੀ ਦੀ ਸਕਰੀਨ ਦੇ ਉੱਤੇ ਆ ਜੁਲਿਆ ਊਂ ਰੁੱਤ ਕੋਲੋਂ ਊਂ ਮੌਕੇ ਕੋਲੋਂ ਇਹਨਾਂ ਦੇ ਨਾਲ ਸਾਡੀ ਮੁਹੱਬਤ ਦੀ ਇੱਕ ਜੁੜਤ ਹੈ ਪਈ ਮੈਂ ਸਤ ਬਿਸਮਿਲ ਆਖਸਾਂ ਅੱਜ ਦੀ ਮਹਿਫਿਲ ਦੇ ਵਿੱਚ ਵੱਲ ਇੱਕ ਵਾਰੀ ਤੁਹਾਡੀ ਭਰਪੂਰ ਫਰਮਾਇਸ਼ ਦੇ ਉੱਤੇ ਖੂਬਸੂਰਤ ਸਨਾਖਾਨ ਮੁਸਤਫਾ ਸੈਯਦ ਬਾਦਸ਼ਾਹ ਸੈਯਦ ਸੁਲਤਾਨ ਆਜ਼ਮ ਸ਼ਾਹ ਬੁਖਾਰੀ ਸਾਹਿਬ ਮੁਹੱਬਤਾਂ ਪੇਸ਼ ਕਰਦੇ ਹਾਂ ਮੁਰਸ਼ਿਦ ਵਸਦੇ ਰਹੋ ਆਬਾਦ ਅਤੇ ਸ਼ਾਦ ਰਹੋ ਸੀ ਠੀਕ ਗੁਜ਼ਰਦਾ ਪਿਆ ਰਮਜ਼ਾਨ ਸ਼ਰੀਫ ਸੀ ਰੋਜ਼ੇ ਮਾਸ਼ਾ ਅੱਲਾ ਔਰ ਸੱਜਣੋ ਇਹਨਾਂ ਦੇ ਜੋਟੀ ਵਾਲ ਇਹਨਾਂ ਦੇ ਸੱਜਣ ਮੁਹੰਮਦ ਅਲਤਾਫ ਕਾਦਰੀ ਸਾਹਿਬ ਕੋ ਵੀ ਵੱਲ ਇੱਕ ਵਾਰੀ ਅੱਜ ਦੀ ਸੋਹਣੀ ਮਹਿਫਿਲ ਦੇ ਵਿੱਚ ਮੁਹੱਬਤਾਂ ਪੇਸ਼ ਕਰਦੇ ਹਾਂ ਅਸਲਾਮ ਅਲੈਕੁਮ ਸੀ ਮਿਹਰਬਾਨੀ ਭਜਨ ਤੁਹਾਡੀ ਕੀ ਹਾਲ ਹੈ ਠੀਕ ਠਾਕ ਵੱਲ ਤੁਸੀਂ ਮੌਕਾ ਦਿੱਤਾ ਵਸਦੇ ਰਹੋ ਅੱਲਾਹ ਤਾਲਾ ਤੁਹਾਨੂੰ ਸਲਾਮ ਸੱਜਣੋ ਇਹ ਤੇ ਹਨ ਜੋਟੀ ਵਾਲ ਔਰ ਜ਼ਹਿਦ ਹੁਸੈਨ ਦੇ ਪਹਿਲੇ ਮੈਂ ਸੁਝਾਣ ਕਰਵਾਈਏ ਔਰ ਜ਼ਹਿਦ ਹੁਸੈਨ ਦਾ ਵੱਲ ਸੱਕਾ ਭਰਾ ਹਾਫਿਜ਼ ਮੁਹੰਮਦ ਸ਼ਹਿਦ ਅਮੀਨ ਸਈ ਉਹ ਵੀ ਅੱਜ ਸਾਡੀ ਮਹਿਫਿਲ ਦਾ ਹਿੱਸਾ ਹਨ ਅਸਾਂ ਉਹਨੇ ਕੋਈ ਮੁਹੱਬਤਾਂ ਪੇਸ਼ ਕਰਦੇ ਹਾਂ ਅਸਲਾਮ ਅਲੈਕੁਮ ਸੀ ਕਿਆ ਹਾਲ ਹੈ ਠੀਕ ਠਾਕ ਹੀ ਸਲਾਮਤ ਰਹੋ ਸੱਜਣੋ ਮਹਿਫਿਲ ਦਾ ਬਕਾਇਦਾ ਮੁੰਡ ਅੱਲਾਹ ਪਾਕ ਦੇ ਬਾਬਰਕਤ ਨਾਂ ਦੇ ਨਾਲ ਹੀ ਔਰ ਹਮਦ ਬਾਰੀ ਤਾਲਾ ਪੇਸ਼ ਕਰਨ ਦੀ ਸਾਦਤ ਹਾਸਿਲ ਕਰੇ ਸਨ ਮਿੱਠੀ ਜੋੜੀ ਸੈਯਦ ਸੁਲਤਾਨ ਆਜ਼ਮ ਸ਼ਾਹ ਬੁਖਾਰੀ ਸਾਹਿਬ ਮੁਹੰਮਦ ਅਲਤਾਫ ਕਾਦਰੀ ਸਾਹਿਬ ਕਰਦ ਕਰਮ ਰੱਬ ਕਰਦ ਕਰਮ ਰੱਬ ਸਾਈਆਂ 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 ਮੇਰੀ ਝੋਲੀ ਭਰ ਦੇ ਮੌਲਾ ਮੇਰੀ ਝੋਲੀ ਭਰ ਦੇ ਮੌਲਾ ਮੌਲਾ ਮੇਰੀ ਝੋਲੀ ਭਰ ਦੇ ਮੌਲਾ ਮੇਰੀ ਝੋਲੀ ਭਰ ਦੇ ਮੌਲਾ ਮੈਂ ਤੇਰੇ ਦਰ ਤੇ ਆਇਆ ਕਰਦ ਕਰਮ ਰੱਬ ਸਾਈਆਂ 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 ਸਾਈਆਂ ਕਰਦ
ਦੇ ਕਰਮ ਰੱਬ ਸਾਈਆ, ਕਰ ਦੇ ਕਰਮ ਰੱਬ ਸਾਈਆ, ਕਰ ਦੇ ਕਰਮ ਰੱਬ ਸਾਈਆ, ਕਰ ਦੇ ਕਰਮ, ਅੱਲਾ ਕਰ ਦੇ ਕਰਮ, ਅੱਲਾ ਕਰ ਦੇ ਕਰਮ, ਅੱਲਾ ਕਰ ਦੇ ਕਰਮ, ਅੱਲਾ ਕਰ ਦੇ ਕਰਮ, ਕਰ ਦੇ ਕਰਮ, ਅੱਲਾ ਕਰ ਦੇ ਕਰਮ, ਕਰ ਦੇ ਕਰਮ ਰੱਬ ਸਾਈਆਂ, 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 ਸਾਈਆਂ ਸਾਈਆਂ, ਕਰ ਦੇ ਕਰਮ ਰੱਬ 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 ਸਾਈਆਂ, ਸਦਕਾ ਹਸਨ ਹੁਸੈਨ ਦਾ ਮੌਲਾ ਝੋਲੀ ਦੇ ਵਿੱਚ ਪਾ ਦੇ, ਝੋਲੀ ਦੇ ਵਿੱਚ ਪਾ ਦੇ, ਦਰ ਤੂੰ ਖਾਲੀ ਕੋਈ ਨਾ ਜਾਵੇ, ਐਸਾ ਕਰਮ ਕਮਾ ਦੇ, ਐਸਾ ਕਰਮ ਕਮਾ ਦੇ, ਤੈਨੂੰ ਵਾਸਤਾ ਉਸ ਸੋਹਣੇ ਦਾ, 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 ਜਿਹਦੀਆਂ ਤੋਂ ਕਸਮਾਂ ਚਾਈਆਂ, ਕਰ ਦੇ ਕਰਮ ਰੱਬ ਸਾਈਆਂ, ਕਰ ਦੇ ਕਰਮ ਰੱਬ ਸਾਈਆਂ, ਅੱਲਾ ਕਰ ਦੇ ਕਰਮ ਰੱਬ ਸਾਈਆਂ, ਕਰ ਦੇ ਕਰਮ ਰੱਬ ਸਾਈਆਂ, ਕਿ ਸਾਰੇ ਕਹਿ ਦੇ ਮੌਲਾ ਤੇਰਾ, ਤੇਰਾ ਕੁਝ ਨਹੀਂ ਜਾਣਾ, ਉਹ ਕਦੇ ਤੂੰ ਵੀ ਕਹਿ ਛੱਡ ਮੇਰਾ, ਕਿ ਜੇ ਮੈਂ ਵੇਖਾਂ ਅਮਲਾ ਵੱਲੇ, ਕਿ ਜੇ ਮੈਂ ਵੇਖਾਂ ਅਮਲਾ ਵੱਲੇ, ਅਤੇ ਕੁਝ ਨਹੀਂ ਮੇਰੇ ਪੱਲੇ, ਉਹ ਜੇ ਮੈਂ ਵੇਖਾਂ ਰਹਿਮਤ ਰੱਬ ਦੀ, ਅਤੇ ਬੱਲੇ ਉਹ ਬੱਲੇ ਬੱਲੇ, ਕਿ ਰੱਬਾ ਕਰਮ ਚੱਕਰ ਅਸਾਂ ਸਾਰਿਆਂ ਤੇ, ਰੱਬਾ ਕਰਮ ਚੱਕਰ ਅਸਾਂ ਸਾਰਿਆਂ ਤੇ, ਤੈਨੂੰ ਨਜ਼ਰ ਨਿਆਜ਼ ਦਾ ਵਾਸਤਾ ਈ, ਜਿਹੜੀ ਪੜੀ ਜਿਹੜੇ ਆਪ ਉਠਾਏ ਨੀ ਅਰਬੀ ਦੇ, ਉਸ ਹਰ ਇੱਕ ਨਾਜ਼ ਦਾ ਵਾਸਤਾ ਈ, ਤੇ ਖਾਲੀ ਮੋੜ ਨਾ ਕਦੀ ਵੀ ਹਾਕਿਮ ਨੂੰ, ਖਾਲੀ ਮੋੜ ਨਾ ਕਦੀ ਵੀ ਹਾਕਿਮ ਨੂੰ, ਸਖੀ ਲਾਲ ਸ਼ਹਿਬਾਜ਼ ਦਾ ਵਾਸਤਾ ਈ, ਉਹ ਜਿਹੜੀ ਪੜੀ ਹੁਸੈਨ ਨੇ ਵਿੱਚ ਕਰਬਲ, ਤੈਨੂੰ ਉਸ ਨਮਾਜ਼ ਦਾ ਵਾਸਤਾ ਈ, ਸੁਭਾਨ ਅੱਲਾਹ, ਜਜ਼ਾਕ ਅੱਲਾਹ। ਹਮਦੇ ਬਾਰੀ ਤਾਲਾ ਪੇਸ਼ ਕਰਨ ਦੀ ਸਾਦਤ ਹਾਸਲ ਕਰਦੇ ਪਿਆ ਹਨ ਮਿੱਠੀ ਜੋੜੀ, ਸੈਯਦ ਸੁਲਤਾਨ ਆਜ਼ਮ ਸ਼ਾਹ ਬੁਖਾਰੀ ਸਾਹਿਬ, ਮੁਹੰਮਦ ਅਲਤਾਫ ਕਾਦਰੀ ਸਾਹਿਬ। ਸਜਣੋ, ਨਿਕਲੇ ਜਿਹੇ ਬ੍ਰੇਕ 'ਤੇ ਜੁਲਦੇ ਪਏ ਹਾਂ, ਤੁਹਾਡੀ ਖਿਦਮਤ ਵਿੱਚ ਵਾਲਤੀ ਨੇ ਹਾਜ਼ਰ।
जी सजनों ब्रेक मुके वेखो अपनी है और असं तुहाडी खिदमत विच वाल हाजिर थी गए से कुछ सजने प्रोग्राम पसंद किए मुहब्त साढ़े तक अपड़ियन होने होने सनेड़ा पिठे ने आफलन काला हैं मोहम्मद इयाज सिंह लोरल आई तो प्रोग्राम पसंद कर डॉक्टर अब्दुल गफार सिंह कोयटे तो प्रोग्राम का हिस्सा बिणन जमील अहमद सिंह बखर तो प्रोग्राम का हिस्सा बिणन और नसीर भट्टी साहब मियाँ वाली तो महफिल को पसंद कर सजनों इं वे नाथ रसूल मकबूल सल्लल्लाहु अलैहि व आलिहि वसल्लम पेश करण की सआदत हासिल करे सन खूबसूरत सनाखान मुस्तफा मुल्तान की धरती के नाल ताल्लुक है जहद हुसैन सिंह मदनी मदीने वालिया कोई सोना नहीं तेरे नाल दा मदनी मदीने वालिया कोई सोना नहीं तेरे नाल दा सारा जमाना है गदा मेरे सोनिया तेरी याद दा सारा जमाना है गदा मेरे सोनिया तेरी याद दा वसदार वे दरे आबाद रवे हैदर ददर वसदार वे सैयदा ददर आबाद रवे हैदर ददर इन्हें कोई नहीं लजपाल दा जिवें ए घराना पाल दा इवें कोई नहीं लजपाल दा जिवें ए घराना पाल दा जना बारी मलगानी सर आप जी ने सर दावे नबूवत दे होए दावे खुदाई दे होए दावे नबूवत दे होए दावे खुदाई दे होए किसे नहीं किया मैं हुसैन किसे नहीं किया मैं हुसैन रुतबा अली दे लाल दा किसे नहीं किया मैं हुसैन रुतबा अली दे लाल दा मदनी मदीने वालिया कोई सोना नहीं तेरे नाल दा जना बिलता अपने शाह सबाब दी नजर रोके कोई रुकदा ही नहीं खाए कदी मुकदा ही नहीं रोके कदी रुकदा ही नहीं खाए कदी मुकदा ही नहीं अफजल सदा चलदा पिया लंगर नबी दिया अफजल सदा चलदा पिया लंगर नबी दिया
ਮਦਨੀ ਮਦੀਨੇ ਵਾਲਿਆ ਕੋਈ ਸੋਹਣਾ ਨਹੀਂ ਤੇਰੇ ਨਾਲ ਦਾ ਸਾਰਾ ਜ਼ਮਾਨਾ ਹੈ ਗਦਾ ਮੇਰੇ ਸੋਹਣਿਆ ਤੇਰੀ ਆਲ ਦਾ ਸੁਭਾਨ ਅੱਲਾ ਸੁਭਾਨ ਅੱਲਾ ਜਜ਼ਾਕ ਅੱਲਾ ਜਜ਼ਾਕ ਅੱਲਾ ਸ਼ਾਹ ਸਾਹਿਬ ਮਾਈਕ ਚੇਸੋ ਜ਼ਰਾ ਤੁਸਾਂ ਐਸੀ ਜ਼ੈਦ ਹੁਸੈਨ ਮਾਸ਼ਾ ਅੱਲਾ ਕਿਆ ਅਕਸ ਹੋ ਤੁਸਾਂ ਮਾਸ਼ਾ ਅੱਲਾ ਉਸਤਾਦ ਕਾਬਿਲ ਹੈ ਮੁਲਤਾਨ ਪਿਛਲੇ ਸਾਲ ਰਬੀ ਲਵਲ ਜਲਦਰ ਵਜ਼ੀਰ ਅਲ ਪੰਜਾਬ ਸਦਰ ਸੈਕਿੰਡ ਪੋਜੀਸ਼ਨ ਕੀਤੀ ਹੈ ਮਾਸ਼ਾਅੱਲਾ 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 ਮੁਰਸ਼ਿਦ ਤੁਸੀਂ ਆਪਣਾ ਵੀ ਦੱਸੇ ਸੋਚਾ ਜਿਵੇਂ ਮੈਂ ਜ਼ਿਕਰ ਕਰ ਗਿਆ ਚਲੋ ਅੱਜ ਦੀ ਮਹਿਫਿਲ ਦੇ ਪਿਛਲੇ ਦਫਾ ਜਨਾ ਆਇਓ ਤੇ ਇੰਟਰਵਿਊ ਨਹੀਂ ਸੇ ਕਰ ਸਕੇ ਤੇ ਆਪਣਾ ਹਾਲ ਹਵੀਲਾ ਵੀ ਤੁਸੀਂ ਦੱਸ ਜਿਵੇਂ ਲਾਲੇ ਜ਼ਹਿਦ ਨੇ ਦੱਸਾ ਦਿੱਤੇ ਅਲਹਮਦੁਲਿਲਾ ਸਾਡੀ ਜੋੜੀ ਕੋ ਵੈਸੇ ਤਾਂ 18-19 ਸਾਲ ਠੀਕ ਹੈ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਬੜੀ ਇਕੱਠੇ ਪੜਦੇ ਪਏ ਵਾਹ ਵਾਹ ਜਿੱਥ ਪੜ੍ਹਨਾ ਇਕੱਠੇ ਪੜ੍ਹਨਾ ਕਿਆ ਬਾਤ ਹੈ ਇਹ ਨਹੀਂ ਬੇਕ ਤੂੰ ਪੜ੍ਹ ਲਿਆ ਮੈਂ ਬਾਅਦ ਪੜ੍ਹ ਲਿਆ ਸਾਨੂੰ ਇਕੱਠੇ ਪੜ੍ਹਨਾ ਵਾਹ ਵਾਹ ਔਰ ਉਹ ਜਿਹੜੇ ਲੰਮੇ ਸਾਰੇ ਹਨ ਇਕੱਠੇ ਥੀਵਣ ਦੇ ਅਤੇ ਉਹ ਰਾਤ ਜਿਹੜੀ ਆਈ ਸ਼ਬੇ ਬਰਾਤ ਦੀ ਰਾਤ ਆਈ ਸੁਭਾਨ ਅੱਲਾ ਸੁਭਾਨ ਅੱਲਾ ਵਾਹ 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 ਉਸ ਰਾਤ ਕੋ ਸਾਰੇ ਉਸਤਾਦ ਮੁਹਤਰਮ ਜਨਾਬੇ ਕਾਰੀ ਮੁਹੰਮਦ ਅਕਰਮ ਸੈਦੀ ਸਾਹਿਬ ਇਹ ਸਾਡੇ ਮਸਜਿਦ ਇਮਾਮ ਖਤੀਬ ਹਨ ਔਰ ਮੇਰੇ ਉਸਤਾਦ ਮੁਹਤਰਮ ਜਿਹਨਾਂ ਨੇ ਕੁਰਾਨ ਪਾਕ ਹਿਫਜ਼ ਕੀਤੇ ਵਾਹ 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 ਉਸਤਾਦ ਮੁਹਤਰਮ ਹੋਰੀ ਰਾਤ ਦੀ ਇਬਾਦਤ ਕੀਤੀ ਸਲਾਤ ਤਸਬੀਹ ਪੜ੍ਹੀ ਅਤੇ ਕਬਰਸਤਾਨ ਗਏ ਉਸੇ ਜ਼ਿਆਰਤ ਵਾਸਤੇ ਦਰਬਾਰ ਤੋਂ ਵਾਪਸ ਆਉਂਦੇ ਪਏ ਅਤੇ ਇੱਕ ਉਸ ਟਾਈਮ ਸਰੇਕੀ ਕਲਾਮ ਹੈ ਬੜਾ ਪੁਰਾਣਾ ਕਲਾਮ ਹੁਣ ਸਾਡੇ ਜ਼ਹਿਨ ਦੇ ਗਿਆ ਨਹੀਂ ਬੜਾ ਪੁਰਾਣਾ ਕਲਾਮ ਹੈ ਕਿਵੇਂ ਖੀਰ ਥੋੜ੍ਹਾ ਡੇਵੇ ਸੰਡਾ ਬੱਕਰੀਏ ਸਰੇਕੀ ਕਲਾਮ ਮਲੂਦ ਟਾਈਪ ਮਲੂਦ ਟਾਈਪ ਮਲੂਦ ਟਾਈਪ ਉਹ ਅਸਾਂ ਮੈਂ ਪੜ੍ਹਦਾ ਰਿਹਾ ਮੈਨੂੰ ਕਿਉਂਕਿ ਸਕੂਲ ਵਿੱਚ ਅਲਹਮਦੁਲਿਲਾ ਅਸਾਂ ਵੱਲ ਪੜ੍ਹਿਆ ਇਕੱਠੇ ਸਕੂਲ ਵਿੱਚ ਇਕੱਠੇ ਹੋਵੇ ਨਾ ਸਕੂਲ ਮੈਂ ਪੜ੍ਹਦਾ ਮਹੱਲੇਦਾਰ ਆਵੇ ਮਹੱਲੇਦਾਰ ਅੱਛਾ ਅੱਛਾ ਹੁਣ ਵੀ ਇਕੱਠਿਆਂ ਨੇ ਅੱਛਾ ਮਾਸ਼ਾ ਅੱਲਾ ਇਕੱਠੇ ਕਲਾਮ ਪੜ੍ਹਿਆ ਅਤੇ ਦੋਸਤਾਂ ਨੇ ਆਖਿਆ ਵੀ ਤੁਹਾਡੀ ਆਵਾਜ਼ ਜੀ ਬਿਲਕੁਲ ਮਿਕਸ ਹੈ ਅੱਛਾ ਵਾਹ ਵਾਹ ਬਸ ਵੱਲ ਉਸ ਟਾਈਮ ਅਲਤਾਫ ਭਾਈ ਪੜ੍ਹਦਾ ਹੀ ਇਹ ਸਬਜ਼ ਗੁੰਬਦ ਵਾਲੇ ਮਨਜ਼ੂਰ ਦੁਆ ਕਰਨਾ ਵਾਹ ਵਾਹ ਅਤੇ ਬਸ ਵੱਲ ਉੱਥੋਂ ਕੈਫੀਅਤ ਬਣਦੀ ਗਈ ਮਹੱਲੇ ਤੱਕ ਅੱਛਾ ਇਹ ਮਿੱਠੀ ਜੋੜੀ ਦਾ ਖਿਤਾਬ ਕਹਿ ਦਿੱਤਾ ਇਹ ਸਾਡੇ ਇੱਕ ਬਿਹਤਰੀਨ ਦੋਸਤ ਹਨ ਸੈਯਦ ਬਿਲਾਲ ਸ਼ਾਹ ਸਾਹਿਬ ਅੱਛਾ ਮਾਸ਼ਾ ਅੱਲਾ ਸੈਯਦ ਤਨਵੀਰ ਸ਼ਾਹ ਦੇ ਬੜੇ ਭਾਈ ਹਨ ਅੱਛਾ ਅੱਛਾ ਤਨਵੀਰ ਸ਼ਾਹ ਸਾਹਿਬ ਜਿਹੜੇ ਸਾਰੇ ਸਨਾ ਖਾਨ ਜੀ ਬਾਬਾ ਨਾਥ ਖਾਨ ਸੈਯਦ ਜ਼ਮੀਰ ਸਨ ਸ਼ਾਹ ਸਾਹਿਬ ਦੇ ਸਰਦਾਦੇ ਅੱਛਾ ਮਾਸ਼ਾ ਇਸ ਟਾਈਮ ਉਹ ਵਿਹਾੜੀ ਵਿੱਚ ਉਹਨਾਂ ਦਾ ਸੈਟਅਪ ਸਕੂਲ ਹੈ ਉਹਨਾਂ ਦੇ ਘਰ ਬੈਠਿਆ ਸੀ ਦਾਵਤ ਆਈ ਬਿਲਾਲ ਸ਼ਾਹ ਸਾਹਿਬ ਬਿਲਾਲ ਸ਼ਾਹ ਸਾਹਿਬ ਦੇ ਘਰ ਦਾਵਤ ਖਾਂਦੇ ਪਿਆ ਸੀ ਅਤੇ ਰੋਟੀ ਖਾਂਦੇ ਖਾਂਦੇ ਮੈਂ ਕਹਿੰਦਾ ਯਾਰ ਇਵੇਂ ਕਹਿੰਦਾ ਇੱਕ ਲਕਮ ਨਾ ਡਿਊ ਠੀਕ ਹੈ ਲਕਮ ਸੋਚਿੰਦੇ ਰਿਹਾ ਕਿ ਉਸ ਵੀ ਫਲਾਣੀ ਜੋੜੀ ਫਲਾਣੀ ਜੋੜੀ ਫਲਾਣੀ ਮੁਖਤਲਿਫ ਨਾਂ ਇਕੱਠੇ ਕੀਤੇ ਪਸੰਦ ਨਾ ਆਇਆ ਸਹੀ ਹੈ ਅਚਾਨਕ ਉਹ ਜ਼ੁਬਾਨ ਤੋਂ ਨਿਕਲਿਆ ਉਹਦੀ ਜ਼ੁਬਾਨ ਤੋਂ ਨਿਕਲਿਆ ਸ਼ਾਹ ਸਾਹਿਬ ਉਹਨੇ ਆਖਿਆ ਸੀ ਮਿੱਠੀ ਜੋੜੀ ਹੈ ਵਾਹ 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 ਬਸ ਜੇ ਮਿੱਠੀ ਜੋੜੀ ਉਹਨੇ ਆਖਿਆ ਮੈਂ ਕਿਹਾ ਡਨ ਕਰੇ ਕੋ ਲਕਮ ਮਿਲ ਗਿਆ ਸੀ ਬਸ ਉਹਨਾਂ ਤੋਂ ਅਲਹਮਦੁਲਿਲਾ ਮਿੱਠੀ ਜੋੜੀ ਚੱਲਦੀ ਪਈ ਹੈ ਕੋਈ ਨਹੀਂ ਜਾਣਦਾ ਮਿੱਠੀ ਜੋੜੀ ਗਾਣ ਮਿੱਠੀ ਜੋੜੀ ਗਾਣ ਵਾਹ ਵਾਹ ਸਜਣੋ ਮਿੱਠੜੀ ਮਹਿਫਿਲ ਰੂਹ ਪਰਵਰ ਮਹਿਫਿਲ ਜਾਰੀ ਹੈ ਸਾਡੀ ਨਿਕਲੇ ਜੇ ਬ੍ਰੇਕ ਤੇ ਤਿਆਰੀ ਹੈ ਤੁਹਾਡੀ ਖਿਦਮਤ ਵਿੱਚ ਵਾਲ ਹਾਜ਼ਰ ਸੀ ਜੀ ਸਜਣੋ ਬ੍ਰੇਕ ਮੁਕੇ ਵੇ ਕੋ ਪੜੀਏ ਅਸਾਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਸੀ ਗਏ ਸੀ ਮਨ ਮੂੰਝ ਮਦੀਨੇ ਦੀ ਦਿਲਦਾਰ ਮਦੀਨੇ ਹੈ ਮਨ ਮੂੰਝ ਮਦੀਨੇ ਦੀ ਦਿਲਦਾਰ ਮਦੀਨੇ ਹੈ ਮੰਗਤਾ ਹਾਂ ਜਿਹੜੇ ਦਰ ਦਾ ਦਰਬਾਰ ਮਦੀਨੇ ਹੈ ਨਾ ਤੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਪੇਸ਼ ਕਰਨ ਦੀ ਸਾਦਤ ਹਾਸਿਲ ਕਰੇ ਸਨ ਮਿੱਠੀ ਜੋੜੀ ਸੈਯਦ ਸੁਲਤਾਨ ਆਜ਼ਮ ਸ਼ਾਹ ਬੁਖਾਰੀ ਸਾਹਿਬ ਔਰ ਮੁਹੰਮਦ ਅਲਤਾਫ ਕਾਦਰੀ ਸਾਹਿਬ ਗੱਲ ਮਦੀਨੇ ਦੀ ਹੋ ਗਈ ਤੇ ਦਿਲ ਮਦੀਨੇ ਵੱਲ ਚੱਲ ਵਾਹ ਵਾਹ ਸੁਭਾਨ ਅੱਲਾ ਕਰੀਮ ਸਭ ਕੋ ਇਸ ਮਾਹ ਰਮਜ਼ਾਨ ਸਦਕੇ ਹਾਜ਼ਰ ਨਸੀਬ ਫਰਮਾਵੇ ਆਮੀਨ ਔਰ ਪਿਛਲੇ ਸਾਲ ਅਲਹਮਦੁਲਿਲਾ ਮੈਂ ਸਰਕਾਰ ਦੇ ਕਦਮਿਆਂ ਵੀ ਸੁਭਾਨ ਅੱਲਾ ਮਦੀਨੇ ਪਾਕ ਸੁਭਾਨ ਉਸ ਨਿਸਬਤ ਨਾਲ ਕਲਾਮ ਸੋਹਣਾ ਜਿਹਾ ਬੜਾ ਪਿਆਰਾ
انشاءاللہ دل ڈر سی دعا یا کلام انشاءاللہ تمام یا بابا زب بلند درود پاک اللهم صل علی محمد صلی اللہ علیہ محمد قدموں میں بلا لیجئے قدموں میں بلا لیجئے قدموں میں بلا لیجئے یا نبی مدینے میں قدموں میں بلا لیجئے ہاں قدموں میں بلا لیجئے یا نبی مدینے میں کاش میں چلا جاؤں کاش میں چلا جاؤں آج ہی مدینے میں کاش میں چلا جاؤں کاش ہم چلے جائیں کاش ہم چلے جائیں آج ہی مدینے میں قدموں میں بلا لیجئے قدموں میں بلا لیجئے سامنے جو آتی ہے مسکرا کے آتی ہے سامنے جو آتی ہے مسکرا کے آتی ہے احترام کرتی ہے احترام کرتی ہے موت بھی مدینے میں احترام کرتی ہے موت بھی مدینے میں قدموں میں بلا لیجئے پیارا شعر حاضری کا شعر توجہ دوستو دعا کیجئے مجھ کو پھر بلا لے وہ دوستو دعا کیجئے مجھ کو پھر بلا لے وہ ہے میری دعا جائے ہے میری دعا جائے آپ بھی مدینے میں ہے میری دعا جائے آپ بھی مدینے میں قدموں میں بلا لیجئے بھیجئے درود ان پر بھیجئے سلام ان پر بھیجئے درود ان پر بھیجئے سلام ان پر اپنی روز لگوائیے اپنی روز لگوائیے حاضری مدینے میں اپنی روز لگوائیے حاضری مدینے میں قدموں میں بلا لیجئے بہت ہی خوبصورت شعر اب میری نگاہوں میں ہر طرف مدینہ ہے اب میری نگاہوں میں ہر طرف مدینہ ہے میرے دل کی کھلتی ہے میرے دل کی کھلتی ہے ہر کلی مدینے میں میرے دل کی کھلتی ہے بہت ہی خوبصورت شعر بہت ہی خوبصورت شعر جو آنکھوں سے دیکھا
وہ حاضر خدمت ہے اور حاصل کلام شعر ہے, توجہ کیجئے گا. کہ وہاں تاجدار پھرتے ہیں بیس میں فقیروں کے, وہاں تاجدار پھرتے ہیں بیس میں فقیروں کے, خوب مزہ دیتی ہے خوب مزہ دیتی ہے زندگی مدینے میں, خوب مزہ دیتی ہے خوب مزہ دیتی ہے زندگی مدینے میں. قدموں میں بولا لیجئے. ارے بھائی جب جڑ ویلے سویر دا وقت تھیندا نا روزہ پاک دے صبح دا وقت اکھی ڈٹھا منظر خدا دی قسم اے ایویں لگدا جویں رب دے رحمت وس دی پئی. سبحان اللہ سبحان اللہ. صبح جڑے لے پاؤ پھٹدی آئی اون حوالے نال شعر اے واکھ سبحان اللہ سبحان اللہ. اس قدر برستا ہے نور سبز گنبد پر, اس قدر برستا ہے سبز گنبد پر, رات کو بھی رہتی ہے رات کو بھی رہتی ہے روشنی مدینے میں, رات کو بھی رہتی ہے رات کو بھی رہتی ہے روشنی مدینے میں. قدموں میں بولا لیجئے اور وقت سماعت کیجئے گا. سبحان اللہ. ناصر نگاہوں میں آپ کی پناہوں میں, ناصر نگاہوں میں آپ کی پناہوں غم کو بھول جاتا ہے, غم کو بھول جاتا ہے آدمی مدینے میں, غم کو بھول جاتا ہے غم کو بھول جاتا ہے آدمی مدینے میں. قدموں میں بولا لیجئے, قدموں میں بولا لیجئے یا نبی مدینے میں, کاش میں چلا جاؤں کاش میں چلا جاؤں آج ہی مدینے میں, کاش ہم چلے جائیں کاش ہم چلے جائیں کاش ہم سب چلے جائیں آج ہی مدینے میں. قدموں میں بلا لیجئے. سبحان اللہ سبحان اللہ سبحان اللہ. جزاک اللہ. سجڑو نکڑے جے بریک تے جلدے پے ہیں تواری خدمت اجوال تھینے حاضر. جی سجڑو بریک بھی مکے وے کو اپڑیے اور پروگرام دا ویلا وی بالکل توڑ کو اپڑا ہے. یقیناً اج دی روح پرور محفل تارے روح کو سجا کر دیتا ہو سی, تسا نحال بیٹھے ہو سو اور اج دی کمال محفل تارے مزاج کو کمال کر دیتا ہو سی. اور ساری دعا ہے کہ اللہ تعالیٰ ہر مومن مسلمان کو چاہے وہ غریب ہے چاہے وہ امیر ہے اللہ تعالیٰ انہیں کو توفیق بخشے اور اپنے گھر اور سنے مدنی دے در دی زیارت نصیب فرماوے. اور ساری دعا ہے کہ نت ایو جہاں محفلاں روح پرور محفلاں دے وچ ایو جہاں سارے من بھاونے
सना खान मुस्तफा अपनी मुहब्बत की नौकरी पेश करेंदे रहे वन और असा भी इजो जे मुहब्बत की नौकरी का हिस्सा बनते रहे वन। सजनों प्रोग्राम का वेला जिथे बिल्कुल तोड़ कुआ पेड़ है, मैं अज दे अपने खूबसूरत मेजमाने का तुहारी तरफों अपनी तरफों वसेब रंग एहतराम रमज़ान की पूरी टोली तरफों शुक्रिया अदा करे सा सही जैद हुसैन सी खूबसूरत कलाम पढ़े वे चस आइए अल्लाह तुहाडे चस जेब दे मस दे विच मजीद वधारा वधारा पावे और तुसा इवें सरकार दी सनाखानी करेंदे रहे वंजो। और बहुत बहुत शुक्रिया सैयद बादशाह सैयद सुल्तान आजम शाह बुखारी साहब तुसा अगे आली कर वल एक बारी मोहब्बत पेश कीते वे और मोहब्बत दी हाजरी पेश कीती वे अल्लाह ताला अपनी बारगाह दे विच तुहाडी ये हाजरी पूरी टीम दा बहुत शुक्रिया सही वसदे रहो कबूल फरमावे। बहुत बहुत शुक्रिया तुहाडा मोहम्मद अल्ताफ कादरी साहब तुहाडा ढेर ढेर मोहब्बत हैं कि तुसा हमेशा नित लाहौर कोलो उचे चे हासेकार स्पेशल मतलब है तुसा तशरीफ घिना दियो और अपने जुट दे नाल महफिल को जड़ा रंग बख्शें दियो अल्लाह ताला तुहाडी ये हाजरी अपनी बारगाह कबूल करे के इतने प्यारे प्यारे सामीन को मौका देंदे हो के असा भी जड़ा ना हुजूर दी जन नात उन को सुनाऊं। सुभान अल्लाह तुहाडी बड़ी मेहरबानी है, सारी टीम दी बड़ी मेहरबानी, बहुत बहुत शुक्रिया। और हाफिज मोहम्मद शाहिद अमीन साहब तुहाडी वड़ी मेहरबानी है कि तुसा इत्थे तशरीफ घिनायो, मोहब्बत है तुहाडा प्रोग्राम तो पता है कि घंटे का प्रोग्राम होंदे सारी कोशिश पूरी होंदी है कि असा ज्यादा को ज्यादा दोस्तों को मौका बख्शूं कि सजन पूरी दुनिया के अपने आप को अपने मोहब्बत के रंग को अपने उम्मत मुसलमान के नावे कर सकन। तुहाडी हाजरी अल्लाह की जात कबूल करे। तो सजनों इहदे नाल ही प्रोग्राम का वेला बिल्कुल तोड़ को अपेड़ा है और मैं अपनी तरफों और अपने इन्हें मेहमानों की तरफों और वसेब रंग की पूरी टोली तरफों तुहाडा शुक्रिया अदा करेंदे हैं कि तुसा चज नाल ई महफिल को सुने वे ई महफिल को डिठे वे। इंशाल्लाह वसदे रहो आबाद ते शाद रहो, तुहाडा जित पेर होवे उथा ही खैर होवे। अपना रखे सो ख्याल अपनी सोहनी धरती पाकिस्तान की तरक्की ते अमन सांगे दुआ। और ये मुतबरक मोहतरम बरकतें वाला महीना रहमतें वाला महीना जिहड़ा साको पैगाम देंदे जिहड़ा साको मैसेज देंदे और साड़ी दुआ है कि अल्लाह करे बाकी महीने दे विच भी इही पैगाम दे उत्ते अमल करके अल्लाह ताला दुआ को साको सोहनी जिंदगी निभावण दी तौफीक अता फरमावे। रल के नारे का जवाब 106 कर दे उत्ते हाफिज मोहम्मद शाहिद अमीन सिंह अपनी मोहब्बत की हाजिरी पेश करे सन। पाकिस्तान जिंदाबाद। हुंदे ढेर वडे लज पाल ने नो कर जारा दे जिनो कर जारा दे जिनो कर जारा दे हुंदे ढेर वडे लज पाल ने नो कर जारा दे जिनो कर जारा दे जिनो कर जारा दे के कोई दाता कोई खाजा पाक पतंदा कोई राजा कोई दाता कोई खाजा पाक पतंदा कोई महाराजा बाहूत कलंदर लाल ने नो कर जारा दे जिनो कर जारा दे बाहूं ते कलंदर लाल ने नो कर जारा दे जिनो कर जारा दे के तारे अनु सोन नी देंदे
فجر بھی جلدی ہون نہیں دیں دے تارے انویں سون نہیں دیں دے فجر بھی جلدی ہون نہیں دیں دے کر دیں دے یار کمال نے نوکر زارا دے جنوں کر زارا دے ہاں نوکر زارا دے مکتا کہ حسن و حسین دی پاک ہے امی سارے حاکم اے دے کمی حسن و حسین دی پاک ہے امی سارے حاکم اے دے کمی کل غوث کتب ابدال نے نوکر زارا دے جنوں کر زارا دے ہندے ڈھیر وڈے لج پال نے نوکر زارا دے جنوں کر زارا دے کہ کوئی داتا کوئی خواجہ پاک پتانگا کوئی راجہ باہو تے کلندر لال نے نوکر زارا دے جنوں کر زارا دے جنوں کر زارا دے کہ کوئی داتا کہ کوئی خواجہ پاک پتنگا کوئی مہاراجہ باہو تے کلندر لال نے نوکر زارا دے جنوں کر زارا دے